ਬੁਝਤਾ ਹੋਇਆ ਚਿਰਾਗ ਥਾ ਬੇਨੂਰ ਜ਼ਿੰਦਗੀ ਥੀ ਮੁਝੇ ਕੌਣ ਜਾਣਤਾ ਥਾ ਤੇਰੀ ਬੰਦਗੀ ਸੇ ਪਹਿਲੇ ਜੋ ਲੋਕ ਦੁਨਿਆਵੀ ਪਦਾਰਥਾਂ ਦਾ ਮੋਹ ਤਿਆਗ ਕੇ ਸੱਚੇ ਦਿਲ ਨਾਲ ਭਗਵਾਨ ਦੀ ਬੰਦਗੀ ਕਰਦੇ ਹਨ ਉਹ ਲੋਕ ਪੂਜਣਯੋਗ ਹੋ ਜਾਂਦੇ ਹਨ ਤੇ ਕੁਝ ਇਸ ਤਰ੍ਹਾਂ ਦਾ ਹੀ ਨਜ਼ਾਰਾ ਦੇਖਣ ਨੂੰ ਮਿਲਿਆ ਜਦੋਂ ਮਜੀਠਾ ਵਿਖੇ ਸ਼੍ਰੀ ਰਾਮਾਨੰਦੀ ਸੰਪਰਦਾਏ ਦੇ ਦੇਵ ਆਚਾਰੀਆ ਮਹਾਂਤ ਸ਼੍ਰੀ ਰਾਮ ਸੁੰਦਰਦਾਸ ਜੀ ਮਹਾਰਾਜ ਜੀ ਨੇ ਕਿਰਪਾ ਕਰਦੇ ਹੋਏ ਆਪਣੇ ਸ਼੍ਰੀ ਚਰਨਾਂ ਨਾਲ ਸ਼੍ਰੀ ਦੀਪਕਮਾਰ ਆੜਤੀ ਦਿਨ ਨਿਵਾਸ ਅਸਥਾਨ ਤੇ ਹਾਜ਼ਰ ਹੋ ਕੇ ਸੰਗਤਾਂ ਨੂੰ ਦਰਸ਼ਨ ਦੇਦਾਰ ਦੇ ਕੇ ਨਿਹਾਲ ਕੀਤਾ ਇੱਥੇ ਜ਼ਿਕਰਯੋਗ ਹੈ ਕਿ ਸੰਗਤਾਂ ਸਵੇਰ ਤੋਂ ਹੀ ਆਚਾਰੀਆ ਸ਼੍ਰੀ ਰਾਮ ਸੁੰਦਰਦਾਸ ਜੀ ਦੇ ਦਰਸ਼ਨ ਦਾ ਰਸਤਾ ਦੇਖ ਰਹੀਆਂ ਸਨ ਸਤਿਗੁਰੂ ਜੀ ਦਾ ਦਰਸ਼ਨ ਕਰਕੇ ਸੰਗਤਾਂ ਅਤਿਅੰਤ ਪ੍ਰਸੰਨ ਹੋ ਗਈਆਂ ਜਦੋਂ ਸ਼ਾਮ ਸਮੇਂ ਆਚਾਰੀਆ ਮਹੰਤ ਸ਼੍ਰੀ ਸਾਮ ਸੁੰਦਰਦਾਸ ਜੀ ਮਜੀਠਾ ਵਿਖੇ ਪਹੁੰਚੇ ਤਾਂ ਐਵੇਂ ਲੱਗ ਰਿਹਾ ਸੀ ਕਿ ਮਜੀਠੇ ਦੇ ਮੇਨ ਬਾਜ਼ਾਰ ਵਿੱਚ ਸੰਗਤਾਂ ਦਾ ਹੜ ਆ ਗਿਆ ਹੋਵੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਘੰਟਿਆਂ ਬੱਧੀ ਕਤਾਰ ਵਿੱਚ ਖੜੇ ਹੋ ਕੇ ਬਾਬਾ ਜੀ ਦੇ ਦਰਸ਼ਨ ਦੀ ਉਡੀਕ ਕਰ ਰਹੇ ਸਨ ਅਤੇ ਇਹ ਸਿਲਸਿਲਾ ਲਗਭਗ 4 ਘੰਟੇ ਤੱਕ ਐਵੇਂ ਹੀ ਚੱਲਦਾ ਰਿਹਾ ਜ਼ਿਕਰ ਜੋਗ ਹੈ ਕਿ ਦਰਬਾਰ ਸ਼੍ਰੀ ਧਿਆਨਪੁਰ ਜੋ ਕਿ ਬਾਬਾ ਲਾਲ ਜੀ ਦੀ ਚਰਨ ਛੋਪਰਾ ਪਤਰਤੀ ਹੈ ਜਿੱਥੇ ਸਮੁੱਚੀ ਮਾਨਵ ਜਾਤੀ ਨੂੰ ਆਪਸੀ ਭਾਈਚਾਰੇ ਅਤੇ ਏਕਤਾ ਦਾ ਸੰਦੇਸ਼ ਦਿੱਤਾ ਜਾਂਦਾ ਹੈ ਇੱਥੇ ਬਾਬਾ ਲਾਲ ਜੀ ਦੇ ਪਰਮ ਭਗਤ ਗੱਦੀ ਨਸ਼ੀਨ ਮਹੰਤ ਸ਼੍ਰੀ ਰਾਮ ਸ਼ਰਨਦਾਸ ਜੀ ਜੋ ਲੱਖਾਂ ਲੋਕਾਂ ਦੀ ਰੂਹ ਕਲਿਆਣਤਾ ਲਈ ਭਗਵਾਨ ਨਾਲ ਜੁੜ ਰਹੇ ਹਨ ਅਤੇ ਸੰਗਤਾਂ ਨੂੰ ਉਪਦੇਸ਼ ਦਿੱਤਾ ਜਾਂਦਾ ਹੈ ਕਿ ਦੁਨੀਆ ਦਾ ਹਰ ਧਰਮ ਉੱਚਾ ਤੇ ਸੁੱਚਾ ਹੈ ਸਾਰੇ ਮਨੁੱਖਤਾ ਦੇ ਧਰਮ ਕਲਿਆਣ ਲਈ ਤਤਪਰ ਹਨ ਉਨ੍ਹਾਂ ਵੱਲੋਂ ਕਿਹਾ ਗਿਆ ਕਿ ਜੋ ਵੀ ਇਨਸਾਨ ਜਿਸ ਧਰਮ ਨਾਲ ਜਿੱਥੇ ਵੀ ਜੁੜਿਆ ਹੈ ਆਪਣੇ ਧਰਮ ਵਿੱਚ ਪਰਪੱਕ ਰਹੇ ਅਤੇ ਭਗਵਾਨ ਨਾਲ ਜੁੜਿਆ ਰਹੇ ਖੁਦ 바 ਖੁਦ ਮੁਕਤੀ ਦਾ ਮਾਰਗ ਮਿਲੇਗਾ 바ਵਾ ਲਾਲ ਜੀ ਦੇ ਪਿਆਰੇ ਭਗਤ ਸ਼੍ਰੀ ਦੀਪਕ ਮਾਰ ਆਰਤੀ ਮਜੀਠਾ ਵੱਲੋਂ ਉਹਨਾਂ ਦੇ ਗ੍ਰਹਿ ਵਿਖੇ ਚਰਨ ਪਾਉਣ ਲਈ ਮਹੰਤ ਸ਼੍ਰੀ ਰਾਮ ਸੁੰਦਰ ਦਾਸ ਜੀ ਅਤੇ ਸੰਗਤਾਂ ਦਾ ਕੋਟਾਨ ਕੋਟ ਧੰਨਵਾਦ ਕੀਤਾ ਗਿਆ। ਉਹਨਾਂ ਵੱਲੋਂ ਕਿਹਾ ਗਿਆ ਕਿ ਮੇਰੇ ਤਨ ਭਾਗ ਹਨ ਕਿ ਸੰਤ ਮਹਾਂਪੁਰਸ਼ ਹਰ ਸਾਲ ਮੇਰੇ ਘਰ ਵਿੱਚ ਚਰਨ ਪਾਉਂਦੇ ਹਨ ਅਤੇ ਸੰਗਤਾਂ ਨੂੰ ਦਰਸ਼ਨ ਦਿਦਾਰੇ ਦੇ ਕੇ ਨਿਹਾਲ ਕਰਦੇ ਹਨ। ਮੈਂ ਸੁਆਮੀ ਜੀ ਦਾ ਵੀ ਧੰਨਵਾਦ ਕਰਦਾ ਹਾਂ ਅਤੇ ਸੰਗਤਾਂ ਦਾ ਵੀ ਧੰਨਵਾਦ ਕਰਦਾ ਹਾਂ। ਮਜੀਠਾ ਤੋਂ ਮਜ਼ੈਲ ਟੀਵੀ ਦੇ ਲਈ ਕੈਮਰਾਮੈਨ ਇੰਦਰ ਦੇ ਨਾਲ ਸੰਦੀਪ ਸ਼ੇਰਗਿੱਲ। ਚੱਕਰਾ